ਦੋਸਤੋ ਅਸੀਂ ਵਾਈਸ ਚਾਂਸਲਰ ਆਫਿਸ ਅੱਗੇ ਖੜੇ ਹੈਗੇ ਹਾਂ। ਇੱਥੇ ਕੁਝ ਖਿਜਾਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਆਏ ਸੀਗੇ, ਜਿਹਦੇ ਵਿੱਚ ਅਸੀਂ ਪੁਰਸਾ NACI PSU ਲਲਕਾਰ ਅਤੇ ਸੱਥ ਵੱਲੋਂ ਇਹ ਮੰਗ ਪੱਤਰ ਅੱਜ ਅਸੀਂ ਦਿੱਤਾ, ਜਿਹਦੇ ਵਿੱਚ ਅਸੀਂ SVC ਉਹਨਾਂ ਨੂੰ ਮਿਲੇ ਹਾਂ। ਉਹ 'ਚ ਸਾਡੀਆਂ ਜਿਹੜੀਆਂ ਮੰਗਾਂ ਸੀਗੀਆਂ ਕਿ ਸਭ ਤੋਂ ਪਹਿਲੀ ਮੰਗ ਸੀ ਕਿ ਜਦੋਂ PhD ਸਕਾਲਰਸ ਨੂੰ ਜਦੋਂ PhD ਦੀ ਐਕਸਟੈਂਸ਼ਨ ਕੋਵਿਡ ਕਰਕੇ ਮਿਲ ਰਹੀ ਹੈ ਤਾਂ ਉਹਨਾਂ ਨੂੰ ਵੱਖਰੀ ਹੋਸਟਲ ਦੀ ਐਕਸਟੈਂਸ਼ਨ ਕਿਉਂ ਲੈਣੀ ਪਵੇ, ਜਿਸ ਨੂੰ ਲੈ ਕੇ SVC ਉਹਨਾਂ ਦਾ ਪੋਜ਼ਿਟਿਵ ਰਿਸਪੋਂਸ ਸੀ। ਉਹ ਕਹਿੰਦੀ ਕਿ ਇਸ ਗੱਲ 'ਤੇ ਮੈਂ ਅੱਗੇ ਗੱਲ ਫਾਰਵਰਡ ਕਰ ਦਿੰਦਾ ਅਤੇ ਗੱਲ ਵਾਜਿਬ ਹੈਗੀ, ਇਹਦੇ ਨਾਲ ਵੱਖ ਵੱਖਰੇ ਦਫ਼ਤਰਾਂ 'ਚ ਜਾਣ ਦੀ ਵੀ ਲੋੜ ਨਹੀਂ ਰਹੂਗੀ ਅਤੇ PhD ਐਕਸਟੈਂਸ਼ਨ ਦੇ ਨਾਲ ਹੀ ਹੋਸਟਲ ਦੀ ਐਕਸਟੈਂਸ਼ਨ ਇਟਸੈਲਫ ਹੀ ਮੰਨੀ ਜਾਵੇ ਅਤੇ ਵੱਖਰੀ ਐਕਸਟੈਂਸ਼ਨ ਨਾ ਲੈਣੀ ਪਵੇ। ਉਸ ਤੋਂ ਬਾਅਦ ਸਾਡੀ ਜਿਹੜੀ ਦੂਜੀ ਮੰਗ ਸੀਗੀ ਕਿ ਜਿਹੜੇ ਲੈਬਸ ਨੇ ਲਾਇਬ੍ਰੇਰੀ ਆ ਉਹ ਜਿਹੜੇ ਘੱਟੋ ਘੱਟ ਵਿਦਿਆਰਥੀ ਹੋਸਟਲ 'ਚ ਰਹਿ ਰਹੇ ਆ ਪਹਿਲ ਦੇ ਆਧਾਰ 'ਤੇ ਉਹਨਾਂ ਲਈ ਖੋਲ੍ਹੀ ਜਾਵੇ ਅਤੇ ਉਸ ਤੋਂ ਬਾਅਦ ਬਾਕੀ ਵਿਦਿਆਰਥੀ ਨੂੰ ਵੀ ਜਲਦੀ ਜਲਦੀ ਬੁਲਾਇਆ ਜਾਵੇ। ਉਸ ਮੰਗ ਨੂੰ ਲੈ ਕੇ ਵੀ ਉਹਨਾਂ ਦਾ ਠੀਕ ਠਾਕ ਚੰਗਾ ਰਿਸਪੋਂਸ ਹੈਗਾ। ਉਸ ਤੋਂ ਬਾਅਦ ਸਾਡੀ ਅਗਲੀ ਮੰਗ ਸੀਗੀ ਕਿ ਜਿਹੜੇ RDC ਦਾ ਪ੍ਰੋਸੈਸ ਸਾਡਾ ਰੁਕਿਆ ਹੋਇਆ, ਫੈਕਲਟੀਜ਼ ਦੇ ਡੀਨ ਨਹੀਂ ਆ, ਉਹ ਉਹਨਾਂ ਨੂੰ ਜਲਦ ਜਲਦ ਨਿਯੁਕਤ ਕੀਤਾ ਜਾਵੇ ਅਤੇ ਉਹਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਜੂਨ ਦੇ ਮਹੀਨੇ ਦੇ ਵਿੱਚ ਜਿਹੜਾ ਫੈਕਲਟੀਜ਼ ਦੇ ਡੀਨ ਉਹ ਲਾਏ ਜਾਣਗੇ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਇਹ ਕੰਮ ਤੇਜ਼ੀ ਨਾਲ ਕੀਤਾ ਜਾਊਗਾ। ਅਤੇ ਸਭ ਤੋਂ ਇੰਪੋਰਟੈਂਟ ਮੰਗ ਸੀ ਕਿ ਕੁੜੀਆਂ ਦੇ ਹੋਸਟਲ ਨੰਬਰ 4 ਦੀ ਮੈਸ ਕੰਟੀਨ ਵੀ ਉਹ ਵਾਅਦੇ ਅਨੁਸਾਰ ਜਲਦ ਖੋਲ੍ਹੀ ਜਾਵੇ। ਉਹ ਕਹਿੰਦੇ ਕਿ ਉਹ 1-2 ਦਿਨਾਂ ਦੇ ਵਿੱਚ ਉਹਦੇ ਅਸੀਂ ਉਹਦਾ ਪੋਜ਼ਿਟਿਵ ਰਿਸਪੋਂਸ ਅਸੀਂ ਜ਼ਰੂਰ ਦੇਵਾਂਗੇ, ਉਹ ਜਲਦ ਤੋਂ ਜਲਦ ਖੋਲ੍ਹਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਹਾਂ। ਸੋ ਇਹ ਜਿਹੜਾ ਅੱਜ ਦਾ ਸਾਡਾ ਜਿਹੜਾ ਮੇਜਰ ਮੰਗਾਂ ਸੀਗੀਆਂ ਜਿਹੜੀਆਂ ਅਸੀਂ ਬੱਚਿਆਂ ਦੇ ਖਿਜਾਰਥੀਆਂ ਦੇ ਪੱਖ ਤੋਂ ਅਸੀਂ ਦਿੱਤੀਆਂ ਨੇ ਅਤੇ ਇਹਨਾਂ ਨੂੰ ਜਲਦ ਉਮੀਦ ਹੋਣ ਮੰਗੀ ਜਾਂ ਮੰਨੇ ਜਾਣ ਦੀ ਆਸ ਹੈਗੀ ਆ। ਅਤੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਜੇ ਇਹ ਮੰਗਾਂ ਸਾਡੀਆਂ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਸਾਰੇ ਵਿਦਿਆਰਥੀ ਰਲ ਕੇ ਅਸੀਂ ਸਾਰੇ ਖਿਜਾਰਥੀ ਰਲ ਕੇ ਆਪਣੇ ਹੱਕਾਂ ਦੇ ਲਈ ਅੱਗੇ ਵਾਂਗ ਸੰਘਰਸ਼ ਵਿੱਢਾਂਗੇ ਅਤੇ ਆਪਣੇ ਹੱਕ ਲੈ ਕੇ ਰਹਾਂਗੇ। ਧੰਨਵਾਦ।